ਲੁਧਿਆਣਾ ਪੁਲਿਸ ਨੇ ਇੱਕ ਅਜਿਹੇ ਸ਼ਾਤਰ ਗਿਰੋਹ ਦਾ ਪਰਦਾਫਾਸ਼ ਕੀਤਾ ਜੋ ਭੂਲੇ ਪਾਲੇ ਲੋਕਾਂ ਨੂੰ ਬੀਮਾ ਪਾਲਿਸੀਆਂ ਜ਼ਰੀਏ ਚੂਨਾ ਲਗਾਉਣ ਦਾ ਕੰਮ ਕਰਦਾ ਸੀ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਰਾਜੇਸ਼ ਅਗਰਵਾਲ ਨੇ ਦੱਸਿਆ ਕਿ ਇਹ ਗਿਰੋਹ ਦਿੱਲੀ ਵਿੱਚ ਬੈਠ ਕੇ ਆਨਲਾਈਨ ਲੋਕਾਂ ਨੂੰ ਪਾਲਿਸੀਆਂ ਕਰਵਾਉਣ ਦੀ ਗੱਲ ਆਖਦਾ ਸੀ, ਜਿਸ ਕਰਕੇ ਬਹੁਤ ਸਾਰੇ ਲੋਕ ਇਹਨਾਂ ਦੀ ਠੱਗੀ ਦਾ ਸ਼ਿਕਾਰ ਹੋ ਜਾਂਦੇ ਸਨ। ਅਜਿਹਾ ਕਰਕੇ ਇਹ ਗਿਰੋਹ ਹੁਣ ਤੱਕ 100 ਕਰੋੜ ਰੁਪਏ ਦੀ ਠੱਗੀ ਮਾਰ ਚੁੱਕਿਆ, ਜਿਸ ਨੂੰ ਹੁਣ ਲੁਧਿਆਣਾ ਸਾਈਬਰ ਕ੍ਰਾਈਮ ਦੀ ਟੀਮ ਨੇ ਗ੍ਰਿਫਤਾਰ ਕੀਤਾ। ਪੁਲਿਸ ਨੇ ਇਹਨਾਂ ਪਾਸੋਂ ਕਈ ਮੋਬਾਈਲ ਫੋਨ ਵੀ ਬਰਾਮਦ ਕੀਤੇ ਨੇ। ਕੰਪਨੀ ਬਣ ਕੇ ਜੋ ਕਾਲ ਸੈਂਟਰਸ ਲੋਕ ਚਲਾਤੇ ਹੈ ਔਰ ਫਿਰ ਪਬਲਿਕ ਕੇ ਡਾਟਾ ਕੋ ਵੋ ਇੰਸ਼ੋਰੈਂਸ ਕੰਪਨੀ ਜੋ ਜੈਨੂਇਨ ਇੰਸ਼ੋਰੈਂਸ ਕੰਪਨੀਜ਼ ਹੋਤੀ ਹੈ ਉਸਸੇ ਵੋ ਡਾਟਾ ਚੁਰਾ ਲੇਤੇ ਹੈ, ਉਸਕੇ ਬਾਅਦ ਵੋ ਅਸਲੀ ਇੰਸ਼ੋਰੈਂਸ ਕੰਪਨੀ ਬਣ ਕੇ ਲੋਕਾਂ ਕੋ ਫੋਨ ਕਰਤੇ ਹੈ ਕਿ ਜੀ ਹਮ ਇਸ ਫਲਾਂ ਫਲਾਂ ਕੰਪਨੀ ਸੇ ਬੋਲ ਰਹੇ ਹੈ, ਆਪਕਾ ਯੇ ਜੋ ਪਾਲਿਸੀ ਚੱਲ ਰਹੀ ਹੈ ਇਸਮੇ ਏਜੰਟ ਕਾ ਕਮਿਸ਼ਨ ਬਹੁਤ ਜ਼ਿਆਦਾ ਹੈ, ਹਮ ਆਪਕੀ ਪਾਲਿਸੀ ਕੋ ਚੇਂਜ ਕਰਕੇ ਅਗਰ ਯੇ ਵਾਲੀ ਕਰ ਦੇਂਗੇ ਤੋ ਇਸਮੇ ਆਪਕੋ ਜ਼ਿਆਦਾ ਫਾਇਦਾ ਹੋਗਾ ਔਰ ਇਸਮੇ ਆਪਕੋ ਕੇਵਲ 1 ਸਾਲ ਜਾਂ 2 ਸਾਲ ਹੀ ਪ੍ਰੀਮੀਅਮ ਦੇਣਾ ਪੜੇਗਾ ਔਰ ਇਸਮੇ ਆਪਕੋ 20% ਤੱਕ ਰਿਟਰਨ ਹਰ ਸਾਲ ਕਾ ਮਿਲੇਗਾ। ਤੋ ਯੇ ਬਣ ਕੇ ਵੋ ਫੋਨ ਕਰਤੇ ਹੈ ਔਰ ਜਬ ਪਬਲਿਕ ਕੋ ਫੋਨ ਕਰਤੇ ਹੈ ਤੋ ਵੋ ਸਾਰਾ ਆਪਣਾ ਪਾਲਿਸੀ ਨੰਬਰ ਵਗੈਰਾ ਬਤਾਤੇ ਹੈ, ਕਿਤਨਾ ਪ੍ਰੀਮੀਅਮ ਹੈ, ਤੋ ਪਬਲਿਕ ਇਸ ਜਾਂਚੇ ਮੈਂ ਆ ਜਾਤੀ ਹੈ ਕਿ ਵਾਕਈ ਮੈਂ ਸਹੀ ਕੰਪਨੀ ਸੇ ਹੀ ਫੋਨ ਆਇਆ ਹੈ ਔਰ ਉਸ ਆੜ ਮੈਂ ਯੇ ਪਬਲਿਕ ਕੋ ਗੁੰਮਰਾਹ ਕਰਕੇ ਉਨਸੇ ਪੈਸੇ ਕਈ ਵਾਰੀ ਆਪਣੇ ਅਕਾਊਂਟ ਮੈਂ ਟ੍ਰਾਂਸਫਰ ਕਰਵਾ ਲੇਤੇ ਹੈ ਜਾਂ ਫੇਕ ਅਕਾਊਂਟਸ ਮੈਂ ਟ੍ਰਾਂਸਫਰ ਕਰਵਾ ਲੇਤੇ ਹੈ ਜਾਂ ਕਈ ਵਾਰੀ ਜੋ ਇੰਸ਼ੋਰੈਂਸ ਕੰਪਨੀਜ਼ ਹੋਤੀ ਹੈ ਉਨਕੇ ਅਕਾਊਂਟ ਮੈਂ ਟ੍ਰਾਂਸਫਰ ਕਰਵਾ ਲੇਤੇ ਹੈ। ਤੋ ਕਿਉਂਕਿ ਜਬ ਫਸਟ ਟਾਈਮ ਇੰਸ਼ੋਰੈਂਸ ਪਾਲਿਸੀ ਜਬ ਕਿਸੀ ਕੀ ਹੋਤੀ ਹੈ ਤੋ 60% ਤੱਕ ਇਨਕੋ ਕਮਿਸ਼ਨ ਮਿਲਤਾ ਹੈ, ਤੋ ਪਬਲਿਕ ਕੋ ਇਹ ਬਤਾਤੇ ਹੈ ਕਿ ਕੇਵਲ ਆਪਣੇ ਇੱਕ ਵਾਰੀ ਵਨ ਟਾਈਮ ਪ੍ਰੀਮੀਅਮ ਦੇਣਾ ਹੈ 5 ਲੱਖ ਕਾ ਜਾਂ 10 ਲੱਖ ਕਾ ਔਰ ਉਸਕੇ ਬਾਅਦ ਆਪਕੋ ਪ੍ਰੀਮੀਅਮ ਨਹੀਂ ਦੇਣਾ, ਜਬਕਿ ਇੰਸ਼ੋਰੈਂਸ ਕੰਪਨੀ ਸੇ ਜੋ ਪਾਲਿਸੀ ਬਾਅਦ ਮੈਂ ਜਾਰੀ ਹੋਤੀ ਹੈ ਉਸਮੇ 15 ਸਾਲ ਤੱਕ ਕਾ ਪ੍ਰੀਮੀਅਮ ਕਾ ਲਿਖਾ ਹੋਤਾ ਹੈ, ਤੋ ਯੇ ਉਸਕੋ ਪਬਲਿਕ ਕੋ ਗੁੰਮਰਾਹ ਕਰਕੇ ਉਨਸੇ ਆਪਣਾ ਜੋ ਇੰਸ਼ੋਰੈਂਸ ਕੰਪਨੀ ਸੇ 60% ਜੋ ਇਨਕੋ ਪ੍ਰੀਮੀਅਮ ਵੋ ਇਨਸੈਂਟਿਵ ਮਿਲਤਾ ਹੈ ਵੋ ਖਾ ਜਾਤੇ ਹੈ ਔਰ ਕਈ ਵਾਰੀ ਆਪਣੇ ਅਕਾਊਂਟ ਮੈਂ ਟ੍ਰਾਂਸਫਰ ਕਰਕੇ ਲੋਕਾਂ ਕੋ ਗੁੰਮਰਾਹ ਕਰਤੇ ਹੈ। ਸਰ ਆਪਕੀ ਕੰਪਨੀ ਕੈਸੇ ਸ਼ੇਅਰ ਨਾਮ ਕੰਪਨੀ ਕਾ ਕੀ ਨਾਮ ਹੈ, ਕਿਸ ਕੌਨ ਸੀ ਕੰਪਨੀ? ਇਸਮੇ ਇਨਕੀ ਕਈ ਕੰਪਨੀਜ਼ ਹੈ, ਇੱਕ ਤੋਂ ਪਾਲਿਸੀ ਕੰਪਨੀ ਹੈ, ਇੱਕ ਔਰ ਵੀ ਕੰਪਨੀ ਹੈ ਜੋ ਕਿ ਕਈ ਵਾਰੀ ਕੰਪਨੀਆਂ ਇਹ ਨਾਮ ਚੇਂਜ ਕਰਦੇ ਰਹਤੇ ਥੇ। ਤੋ ਪੁਲਿਸ ਕੇ ਪਾਸ ਲੁਧਿਆਣਾ ਪੁਲਿਸ ਕੇ ਪਾਸ ਸ਼ਿਕਾਇਤ ਆਈ ਥੀ ਜਗਦੇਵ ਸਿੰਘ ਨਾਮ ਕੇ ਆਦਮੀ ਕੀ ਕਿ ਉਸਕੀ ਇੱਕ ਪਾਲਿਸੀ ਥੀ ਜੋ ਕਿ ਬਹੁਤ ਦਿਨ ਸੇ ਚੱਲ ਰਹੀ ਥੀ ਔਰ ਇੱਕ ਦਿਨ ਉਸਕੋ ਕਾਲ ਆਇਆ ਕਿ ਇਸਕੀ ਪਾਲਿਸੀ ਕਾ ਜੋ ਪ੍ਰੀਮੀਅਮ ਹੈ ਜ਼ਿਆਦਾ ਹੈ ਔਰ ਕੰਪਨੀ ਕੀ ਸਕੀਮ ਨਿਕਲੀ ਹੈ ਕਿ ਅਗਰ ਯੇ ਆਪਣਾ ਪਾਲਿਸੀ ਆਪਣੀ ਦੂਸਰੀ ਕੰਪਨੀ ਮੈਂ ਸ਼ਿਫਟ ਕਰੇਗਾ ਤੋ ਪ੍ਰੀਮੀਅਮ ਜੋ ਹੈ ਕਮ ਹੋ ਜਾਏਗਾ ਔਰ ਪਾਲਿਸੀ ਕੰਟੀਨਿਊ ਵੀ ਰਹੇਗੀ। ਤੋ ਉਸ ਵਜ੍ਹਾ ਸੇ ਉਹ ਉਨਕੇ ਜਾਂਚੇ ਮੈਂ ਆ ਗਿਆ ਔਰ ਉਸਨੇ ਆਪਣੀ ਪਾਲਿਸੀ ਇਨਕੇ ਸਾਥ ਮੈਂ ਸਟਾਰਟ ਕਰ ਦੀ ਔਰ ਸਾਥ ਮੈਂ ਇਹਨਾਂ ਨੇ ਵਿਸ਼ਵਾਸ ਵੀ ਦਿਲਾਇਆ ਥਾ ਕਿ ਜੋ ਪੁਰਾਣੀ ਜੋ ਪ੍ਰੀਮੀਅਮ ਹੈ ਪੁਰਾਣੇ ਜੋ ਪੈਸੇ ਉਸਨੇ ਦੀਏ ਹੋਏ ਹੈ ਉਹ ਐਡਜਸਟ ਵੀ ਹੋਣਗੇ। ਉਸਕੇ ਬਾਅਦ ਇਸਨੇ ਇਹਨਾਂ ਇਸੇ ਧੀਰੇ ਧੀਰੇ ਕਰਕੇ ਤਕਰੀਬਨ 3 ਕਰੋੜ 40 ਲੱਖ ਰੁਪਏ ਐਂਟ ਲਈ। ਜਬ ਉਸਨੇ ਕੰਪਨੀ ਮੈਂ ਜਾ ਕੇ ਪਤਾ ਕੀਆ ਤੋ ਵਹਾਂ ਪਤਾ ਲਗਾ ਕਿ ਇਸਕੇ ਕੋਈ ਵੀ ਪੈਸੇ ਉਨਕੇ ਅਕਾਊਂਟ ਮੈਂ ਜਮਾ ਹੀ ਨਹੀਂ ਹੋਏ ਕੰਪਨੀ ਕੇ ਅਕਾਊਂਟ ਪਰ। ਸਰ ਕਿੱਥੇ ਰਹਿਣੇ ਹਨ ਦੋਸ਼ੀ ਸਾਰੇ ਜਿਹੜੇ ਕੰਪਨੀ? ਇਹ ਸਾਰੇ ਦੋਸ਼ੀ ਜੋ ਹੈ ਇਹ ਦਿੱਲੀ ਏਰੀਏ ਕੇ ਰਹਿਣੇ ਵਾਲੇ ਹੈ, ਦਿੱਲੀ ਮੈਂ ਗੁੜਗਾਓਂ ਮੈਂ ਫਰੀਦਾਬਾਦ ਸਾਈਡ ਮੈਂ ਐਸੇ ਕਾਫੀ ਸਾਰੇ ਕਾਲ ਸੈਂਟਰਸ ਹੈ ਜਿਸਕੀ ਕਿ ਹਮ ਲੋਕ ਪੜਤਾਲ ਕਰ ਰਹੇ ਹੈ ਔਰ ਕਿਤਨੇ ਲੋਕੋਂ ਕੋ ਇਹਨਾਂ ਨੇ ਫਰੋਡ ਇਹਨਾਂ ਨੇ ਪਾਗਲ ਬਣਾਇਆ ਹੈ ਕਿਉਂਕਿ ਇਨਕੇ ਪਾਸ ਸੇ ਹਮੇ 12 ਮੋਬਾਈਲ ਫੋਨ ਮਿਲੇ ਹੈ, ਡਾਇਰੀਜ਼ ਮਿਲੀ ਹੈ ਔਰ ਤਕਰੀਬਨ ਹਮੇ 20,000 ਲੋਕੋਂ ਕਾ ਡਾਟਾ ਮਿਲਾ ਹੈ ਜੋ ਕਿ ਇਹਨਾਂ ਨੇ ਕਿਸ ਆਦਮੀ ਸੇ ਪ੍ਰੋਕਿਓਰ ਕੀਆ ਹੈ। ਯੇ ਕਹਤੇ ਹਮੇ 4 ਸੇ 5 ਰੁਪਏ ਮੈਂ ਇੱਕ ਆਦਮੀ ਕਾ ਡਾਟਾ ਜਿਸਮੇ ਕਿ ਉਸਕਾ ਨਾਮ ਇੰਸ਼ੋਰੈਂਸ ਕੰਪਨੀ ਕਾ ਨਾਮ ਕਿਤਨਾ ਪ੍ਰੀਮੀਅਮ ਹੈ ਉਸਕਾ ਮੋਬਾਈਲ ਨੰਬਰ ਉਹ ਸਾਰੀ ਜਾਣਕਾਰੀ ਹਮੇ ਉਪਲਬਧ ਹੋ ਜਾਤੀ ਹੈ। ਸਰ ਇਨਕਾ ਆਫਿਸ ਵਗੈਰਾ ਕਹਾਂ ਪੇ? ਯੇ ਕਾਲ ਸੈਂਟਰਸ ਦਿੱਲੀ ਏਰੀਏ ਮੈਂ ਜੋ ਹੈ ਚਲਾਤੇ। ਸਰ ਕਿੰਨਾ ਫਰੋਡ ਕਰ ਚੁੱਕੇ ਹੋਣਗੇ ਜੇ ਅਪਰੋਕਸੀਮੇਟ ਕੋਈ ਜੇ ਦੇਖਿਆ ਜਾਵੇ ਜਿਵੇਂ ਵੀ ਡਾਟਾ ਮਿਲਿਆ? ਯੇ ਅਭੀ ਇਸਕੀ ਇਨਵੈਸਟੀਗੇਸ਼ਨ ਕਰ ਰਹੇ ਹੈ ਲੇਕਿਨ ਜਿਸ ਹਿਸਾਬ ਸੇ ਇੱਕ ਆਦਮੀ ਸੇ ਤਕਰੀਬਨ 1.5 ਲੱਖ 2 ਲੱਖ ਤੱਕ ਕੀ ਪਾਲਿਸੀ ਉਸੇ ਕਰਾ ਦੇਤੇ ਥੇ ਔਰ ਇਸ ਤਰੀਕੇ ਕੇ ਕਮ ਸੇ ਕਮ ਇਹਨਾਂ ਨੇ 1000 ਕੇ ਆਦਮੀਆਂ ਕੋ ਪਾਗਲ ਬਣਾਇਆ ਹੈ ਤੋ ਉਸ ਹਿਸਾਬ ਸੇ ਹਮ ਲੋਗ ਇਨਕੀ ਕੈਲਕੂਲੇਸ਼ਨ ਕਰ ਰਹੇ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਹਿਚਾਣ ਯੋਗੇਸ਼ ਕੁਮਾਰ, ਸੁਨੀਲ ਕੁਮਾਰ, ਆਕਾਸ਼ ਕੁਮਾਰ ਅਤੇ ਮੌਸਮੀ ਦੇ ਰੂਪ ਵਿੱਚ ਹੋਈ ਹੈ। ਫਿਲਹਾਲ ਪੁਲਿਸ ਵੱਲੋਂ ਫੜੇ ਗਏ ਮੁਲਜ਼ਮਾਂ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਸ ਗਰੋਹ ਦੇ ਮੁਖੀ ਨੂੰ ਗ੍ਰਿਫਤਾਰ ਕੀਤਾ ਜਾ ਸਕੇ। ਲੁਧਿਆਣਾ ਤੋਂ ਸਪੋਕਸਮੈਨ ਟੀਵੀ ਲਈ ਵਿਸ਼ਾਲ ਕਪੂਰ ਦੀ ਰਿਪੋਰਟ।